ਕਰਦੇ ਜੀ ਮੈਂ ਜਸਵਿੰਦਰ ਸਿੰਘ ਨਦਰ ਫਾਊਂਡੇਸ਼ਨ ਤੋਂ ਦੋਸਤੋ ਜਿਵੇਂ ਤੁਸੀਂ ਜਾਣਦੇ ਨਦਰ ਫਾਊਂਡੇਸ਼ਨ ਦੀਆਂ ਸੇਵਾਵਾਂ ਦੇ ਬਾਰੇ ਲੋੜਵੰਦ ਪਰਿਵਾਰਾਂ ਦੀਆਂ ਛੱਤਾਂ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਸਾਰਿਆਂ ਨੂੰ ਦਿੰਦੇ ਹਾਂ ਅਤੇ ਅੱਜ ਲੁਧਿਆਣੇ ਦੇ ਵਿੱਚ ਹੀ ਆ ਪ੍ਰੀਤ ਪੈਲਸ ਦੇ ਕੋਲ ਮੇਰੀ ਮਾਤਾ ਜੀ ਨਾਲ ਖੜੇ ਨੇ ਜਿਹੜੇ ਇਸ ਘਰ ਦੇ ਜਿਹੜੇ ਇੱਥੇ ਰਹਿਣ ਵਾਲੇ ਨੇ ਪਰ ਇਹਨਾਂ ਦੇ ਕੁਛ ਟਾਈਮ ਪਹਿਲਾਂ ਜਿਹੜੀ ਛੱਤ ਡਿੱਗ ਗਈ ਸੀਗੀ ਤੁਸੀਂ ਉੱਪਰ ਦੇਖ ਵੀ ਸਕਦੇ ਹੋ ਇੱਕ ਵਾਰੀ ਦਿਖਾ ਵੀ ਦੇ ਉੱਤੇ ਅਤੇ ਹਾਲਾਤ ਜਿਹੜੇ ਸਾਰੇ ਹੀ ਘਰ ਜਿੰਨੀ ਵੀ ਜਗ੍ਹਾ ਵੈਸੇ ਸ਼ਹਿਰ ਦੇ ਵਿੱਚ ਬਣੀ ਹੋਈ ਹੈ ਇਹ ਪ੍ਰੋਪਰ ਪਰ ਇੱਥੇ ਸਾਰੀਆਂ ਹੀ ਜਿੰਨੇ ਕਿੰਨੇ ਕਮਰੇ ਸੀ ਮਾਤਾ ਜੀ ਆ ਇੱਕ ਕਮਰਾ ਇੱਕ ਬਾਹਰ ਨਾਲ ਵਾਲਾ ਅਤੇ ਆਹ ਬਰਾਂਡਾ ਇਹਨਾਂ ਦੀ ਅੱਛਾ ਰਹਿੰਦੇ ਕਿੰਨੇ ਜਾਣੇ ਹੋ ਇੱਥੇ ਦੋ ਭੈਣ ਭਰਾ ਭੈਣ ਭਰਾ ਰਹਿੰਦੇ ਹੋ ਜੀ ਛੱਤ ਡਿੱਗੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਭਾਅ ਜੀ ਡਿੱਗੀ ਤਾਂ ਕਾਫੀ ਚਿਰ ਹੋਈ ਛੱਤ ਨੂੰ ਅੱਛਾ ਕਿੰਨਾ ਗਿਆ ਸਾਲ ਕੁ ਦੋ ਸਾਲ ਦੋ ਕੁ ਸਾਲ ਹੋ ਗਏ ਤਿੰਨ ਸਾਲ ਤੇ ਕਿਸੇ ਤੋਂ ਕੋਈ ਥੱਲੇ ਤਾਂ ਨਹੀਂ ਆਇਆ ਨਹੀਂ ਮੈਂ ਆ ਗਈ ਥੱਲੇ ਉੱਥੇ ਅੱਛਾ ਉਹ ਮੇਰੇ ਭਰਾ ਤੇ ਇੱਕ ਦੋ ਦੀ ਟਿੱਕ ਵੀ ਸੀ ਉੱਥੋਂ ਉਹਦਾ ਥੋੜ੍ਹਾ ਬਚਾਅ ਹੋ ਗਿਆ ਫਿਰ ਨੱਠ ਗਿਆ ਸੀ ਵਿੱਚੋਂ ਥੱਲਿਓ ਅੱਛਾ ਜੀ ਇੱਟਾਂ ਡਿੱਗਣੇ ਸੀ ਕਿਸੇ ਨੇ ਹੈਲਪ ਨਹੀਂ ਕੀਤੀ ਤੁਹਾਡੇ ਨਾਲ ਨਹੀਂ ਤੁਹਾਡੇ ਰਹਿਣ ਨੂੰ ਕੁਝ ਵੀ ਨਹੀਂ ਹੈ ਹਾਂਜੀ ਉਧਰ ਪਰਲੇ ਪਾਸੇ ਵੀ ਨਹੀਂ ਹੈਗਾ ਨਾ ਹਾਂ ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਰੋਵੋ ਨਾ ਤੇ ਵੈਸੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਜੀ ਕੋਈ ਨਹੀਂ ਮਦਦ ਕਰਦਾ ਅੱਜ ਕੱਲ੍ਹ ਸਭ ਆ ਪਰਿਵਾਰਾਂ ਵਾਲੇ ਨੇ ਕੋਈ ਨਹੀਂ ਕਿਸੇ ਦਾ ਕਰ ਲੈਂਦੇ ਰਿਸ਼ਤੇ ਬੰਦੇ ਨੇ ਤੱਕ ਹੁਣ ਇੱਥੇ ਰਹਿਣ ਨੂੰ ਤਾਂ ਕਿਤੇ ਜਗ੍ਹਾ ਨਹੀਂ ਫਿਰ ਤੁਸੀਂ ਕਿੱਥੇ ਪੈਂਦੇ ਜੀ ਹੁਣ ਮੈਂ ਆਪਣੀ ਭਣੇ ਵੀ ਘਰ ਜਾਣਾ ਤਿਰਕਲ ਸਿੰਘ ਜਾਦੂ ਦੀ ਰੋਡ ਜਾਣਾ ਜਿੱਥੇ ਸਹੇਲੀ ਰਹਿੰਦੀ ਮੇਰੀ ਭਗਤ ਸਿੰਘ ਨਗਰ ਇੱਕ ਨੰਬਰ ਗਲੀ 'ਚ ਅੱਛਾ ਅਤੇ ਭਰਾ ਤੁਹਾਡਾ ਭਰਾ ਹੁਣ ਉਹ ਗਿਆ ਹੈ ਗੁਰਦੁਆਰਾ ਕਲ ਜਿਹੜਾ ਦੁਖਨਵਾਰ ਅੱਛਾ ਉੱਥੇ ਜਾ ਕੇ ਰੋਟੀ ਪਾਣੀ ਫਿਰ ਕਿੱਥੇ ਰਹਿਣ ਨੂੰ ਉਹ ਰੋਟੀ ਪਾਣੀ ਉੱਥੋਂ ਖਾਂਦਾ ਕਿਸੇ ਨੇ ਬਾਹਰ ਨਹੀਂ ਫੜੀ ਤੁਹਾਡੀ ਪਹਿਲਾਂ ਕਿੱਥੇ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕਿੱਦਾਂ ਹੁਣ ਇੱਕ ਕਮਰਾ ਪੈ ਜੇ ਭਾਵੇਂ ਤੁਹਾਨੂੰ ਨਾ ਹਾਂਜੀ ਤੇ ਤੁਹਾਡਾ ਰੋਟੀ ਪਾਣੀ ਦਾ ਕਿਵੇਂ ਚੱਲਦਾ ਮਾਤਾ ਭਾਅ ਜੀ ਮੇਰਾ ਨਾ ਸਿਲੰਡਰ ਚੁੱਲ੍ਹਾ ਮੇਰੀ ਭੈਣ ਦਾ ਦਿਓਰ ਚੱਕ ਕੇ ਲੈ ਗਏ ਸੀ ਪਹਿਲੇ ਭਾਂਡੇ ਕੱਢ ਕੇ ਲੈ ਗਏ ਦੁਪਹਿਰੇ ਫਿਰ ਰਾਤੀ ਸਿਲੰਡਰ ਚੁੱਲ੍ਹਾ ਮੇਰਾ ਅੱਜ ਵੀ ਆਪਣੇ ਪਿਓ ਦੇ ਹੁੰਦੇ ਦਾ ਸੀ ਅੱਛਾ ਅਸੀਂ ਰੋਟੀ ਪਹਿਲੇ ਘਰ ਪਹਿਲੇ ਪਕਾਉਂਦੇ ਸੀ ਅੱਛਾ ਜੀ ਫਿਰ ਉਹ ਲੈ ਗਏ ਜਾਂਦੇ ਹਾਂਜੀ ਉਹ ਰੌਲਾ ਤਾਂ ਨਹੀਂ ਪਾਉਂਦੇ ਇੱਥੇ ਘਰ ਲਈ ਕਿ ਨਹੀਂ 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 ਜੀ ਤੁਹਾਨੂੰ ਉਹ ਤਾਂ ਮਾਰੂ ਮੈਂ ਖੱਪ ਗਿਆ ਹੋਇਆ ਅੱਛਾ ਜੀ ਉਹਦਾ ਭੈਣ ਦਾ ਦਿਓਰ ਸੀ ਅੱਛਾ ਅੱਛਾ ਠੀਕ ਹੈ ਉਹਦੀ ਕੰਪਲੇਨ ਵੀ ਥਾਣੇ 'ਚ ਲਗਾਈ ਸੀ ਉਹਨਾਂ ਨੇ ਨਾ ਉਹ ਫਿਰ ਜਿਹੜਾ ਇੰਸਪੈਕਟਰ ਸੀ ਉਹ ਬਦਲ ਚੁੱਕਿਆ ਸੀ ਉਹ ਕਹਿੰਦਾ ਆਂਟੀ ਤੁਹਾਡੇ ਕੋਲ ਅਸੀਂ ਮਦਦ ਕਰ ਤੁਸੀਂ ਆ ਬਾਕੀ ਦੇਖ ਹੀ ਸਕਦੇ ਹੋ ਛੱਤਾਂ ਜਿਹੜੀਆਂ ਅੱਗੇ ਲੈ ਹਨਾ ਇੱਧਰ ਤੋਂ ਕੰਮ ਆ ਪਿੱਛੇ ਇੱਧਰ ਵੀ ਦੇਖ ਲਓ ਇੱਧਰੋਂ ਵੀ ਕੋਈ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹੈ ਆ ਹੀ ਮੈਨੂੰ ਕਿਸੇ ਨੇ ਮਰਿਆ ਲੱਗ ਦਿੱਤਾ ਭਾਜੀ ਅੱਛਾ ਅੱਛਾ ਇੱਧਰ ਤੋਂ ਵੀ ਜ਼ਿਆਦਾ ਡਿੱਗੀ ਹੈ ਇੱਧਰੋਂ ਮਤਲਬ ਕਿਤੇ ਪਾਸੇ ਪੈਣ ਨੂੰ ਜਗ੍ਹਾ ਨਹੀਂ ਹੈਗੀ ਨਾ ਆਮ ਦਿੱਕਤ ਵਾਲੀ ਹੈ ਤੇ ਨਾ ਰਾਤ ਨੇ ਜਿਹੜੇ ਕਾਫੀ ਦੋਸਤ ਖਰਾਬ ਹੀ ਨੇ ਉਦੋਂ ਉੱਪਰ ਵੀ ਬਾਥਰੂਮ ਸੀਗਾ ਇਹਨਾਂ ਦਾ ਤੇ ਹੁਣ ਹਾਲਾਤ ਖੋਲਦੇ ਨੇ ਗਾੜੀ ਦੀ ਚਨਾਈ ਨਾਲ ਜੀ
ਦੁਬਾਰਾ ਚਿੱਠੀ ਆ ਗਈ ਕੋਈ ਮਦਦ ਨਹੀਂ ਕੀਤੀ ਜਾਣੀ।